ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਆ? ਠੀਕ ਠਾਕ ਹੋ ਜੀ? ਅਤੇ ਅੱਜ ਬਾਈ ਹੈਗੀ ਜੀ 10 ਤਰੀਕ, ਅਤੇ ਅੱਜ ਆਪਣੇ ਫਾਰਮ ਵਿੱਚ ਆਏ ਸੀਗੇ ਬਾਈ ਡਬਲ ਐਫ ਜੀ ਦੇ ਚੂਚੇ, ਅਤੇ ਉਹੀ ਬਾਈ ਅੱਜ ਸਪਲਾਈ ਕਰਦੇ ਫਿਰਦੇ ਹਾਂ, ਅਤੇ ਨਾਲ ਬਾਈ ਮੇਰੇ ਗਗਨ ਬਾਈ ਵੀ ਆਇਆ ਵਾ ਅੱਜ। ਅਤੇ ਪਹਿਲਾਂ ਤਾਂ ਬਾਈ ਅਸੀਂ ਫਤਿਹਗੜ੍ਹ ਸਾਹਿਬ ਦੇ ਕੇ ਆਏ ਸੀਗੇ ਬੱਚੇ, ਉੱਥੇ ਤਾਂ 100 ਕੁ ਪੀਸ ਦਿੱਤਾ ਸੀਗਾ, ਅਤੇ ਹੁਣ ਕੁਰਾਲੀ ਦੇਣੇ ਆ ਬੱਚੇ। ਬੱਚੇ ਆਪਾਂ ਨੇ ਲੱਦੇ ਨੇ ਗੱਡੀ ਵਿੱਚ, ਅਤੇ ਕੁਰਾਲੀ ਇੱਥੇ ਦੇਣੇ ਆ ਬਾਈ 150 ਕੁ ਪੀਸ ਇੱਥੇ ਦੇਣਾ, ਅਤੇ ਬੰਦਾ ਆ ਰਿਹਾ ਬਸ, ਉਹਦੀ ਅਸੀਂ ਵੇਟ ਕਰ ਰਹੇ ਹਾਂ। ਅਤੇ ਬਾਕੀ ਇੱਕ ਬੰਦਾ ਅੱਗੇ ਆ ਨੰਗਲ ਆ ਰਿਹਾ, ਅਤੇ ਉਹਨੂੰ ਦੇਣੇ 50 ਕੁ ਬੱਚੇ, ਅਤੇ ਇਸੀ ਰੂਟ ਪਰ ਆ ਜਿੰਨੇ ਬੱਚੇ ਆਪਾਂ ਨੇ ਦੇਣੇ ਆ ਇਸੀ ਰੂਟ ਪਰ ਦੇਣੇ ਆ। ਅਤੇ ਇਸ ਵਾਰ ਬਾਈ ਹੁਣ ਗਗਨ ਬਾਈ ਵੀ ਪਾ ਰਿਹਾ ਬੱਚੇ, ਕਾਲ ਆ ਗਈ ਮੈਨੂੰ, ਅਤੇ ਬਾਈ ਦਾ ਫੋਨ ਹੁਣੇ ਆਇਆ ਸੀਗਾ, ਅਤੇ ਕਹਿੰਦਾ ਵੀ ਆ ਗਿਆ। ਗਗਨ ਨੇ ਇਸ ਵਾਰ ਆਪਾਂ ਨੇ ਦੇਸੀ ਮੁਰਗੇ ਹੀ ਪਵਾਤੇ, ਇਹਨੂੰ ਕਿਹਾ ਵੀ ਭਾਈ ਬਲੈਲਰਾਂ ਦਾ ਖੜਾ ਛੱਡ, ਉਹਨਾਂ 'ਚ ਕੁਛ ਬਚਦਾ ਨਹੀਂ ਹੈਗਾ ਜਿਹੜੇ ਕੰਪਨੀ ਦੇ ਆਪਾਂ ਮਾਲ ਪਾਉਂਦੇ ਹਾਂ। ਅਤੇ ਹੁਣ 300 ਬੱਚੇ 'ਤੇ ਬਾਈ ਸ਼ੁਰੂ ਕਰਨਾ ਕੰਮ ਗਗਨ ਬਾਈ ਨੇ, ਅਤੇ ਹੁਣ ਇਹਨੇ ਵੀ ਡਬਲ ਐਫ ਜੀ ਹੁਣ ਆਪਾਂ ਉੱਥੇ ਜਾਣਾ ਫਾਰਮ 'ਤੇ ਛੱਡਣ ਜਾਣਾ। ਏ ਫਿਊ ਮੋਮੈਂਟਸ ਲੇਟਰ, ਕੀ ਹਾਲ ਚਾਲ? ਅਤੇ ਇੱਧਰ ਗਗਨ ਨੇ ਬਾਈ ਕਰੀ ਵੀ ਤਿਆਰੀ ਫਾਰਮ 'ਤੇ, ਅਖਬਾਰ ਵਿਛਾਏ ਵੇ ਆ, ਅਤੇ ਥੱਲੇ ਛਿਲਕਾ ਵਿਛਾਇਆ ਵਾ, ਅਤੇ ਸਾਈਡਾਂ 'ਤੇ ਪੱਲੀ ਲਾਈ ਹੋਈ ਆ। ਰਾਤ ਨੂੰ ਨਾ ਕਈ ਵਾਰ ਹਵਾ ਹੁਵਾ ਚੱਲ ਪੈਂਦੀ ਆ, ਫਾਰਮ ਖੁੱਲ੍ਹਾ, ਅਤੇ ਮੀਂਹਾਂ ਕਰਕੇ ਥੋੜ੍ਹਾ ਜਿਹਾ ਰਾਤ ਨੂੰ ਟੈਂਪਰ ਵੀ ਡਾਊਨ ਹੋ ਜਾਂਦਾ। ਅਤੇ ਇੱਧਰ ਬਲੇਲਰ ਤਾਂ ਚੁਕਾ ਤੇ ਸੀਗੇ ਪਹਿਲਾਂ, ਅਤੇ ਫਾਰਮ ਬਾਈ ਖੁੱਲ੍ਹਾ ਡੁੱਲਾ ਬਹੁਤ ਆ, ਵਧੀਆ ਫਾਰਮ ਹੈ। ਅਤੇ ਹੁਣ ਆਹ ਜਗ੍ਹਾ ਬਣਾਈ ਆ ਰੱਖਣੇ ਵਾਸਤੇ ਇਹਨਾਂ ਨੇ, ਬਰੂਡਰਸ ਵਧੀਆ ਹੋਈ ਵੀ ਆ। ਕਿਹਨੇ ਕਰੀ ਸੀ? ਮੈਂ ਕਰਿਆ ਸੀ ਆਪਣੇ ਕੋਲ, ਲੋਗੋ ਦੇ ਦਿਓ ਉਹਨੇ ਬਣਾ ਕੇ। ਹੁਣ ਆਪਣਾ ਧਿਆਨ ਨਾ ਗਿਣੀ, ਘੱਟ ਵੱਧ ਨਾ ਹੋਵੇ ਆਪਣਾ, ਉਹ ਦੇਖ ਲਈ ਗੇੜਾ ਨਹੀਂ ਲੱਗਣਾ। ਹਾਂ ਗੇੜਾ ਨਹੀਂ ਲੱਗਣਾ ਹੈਗਾ। ਇੱਕ 'ਚ 50 ਲਿਖਿਆ ਪੇਪਰ। ਹਾਂ ਇਹ ਛੋਟੇ ਵਾਲਾ, ਇਹ ਆਏ ਨਾ 1000 ਗੱਡੀ 'ਚ ਆਰਾਮ ਨਾਲ ਰੱਖ ਦਿੰਦੇ। ਵੈਲਕਮ ਟੂ ਨਿਊ ਹੋਮ। ਹਾਂ ਐਂ ਕਰੀ ਹਾਲੇ ਕਹੀ 'ਚ ਰੱਖ ਲਈ, ਕੋਈ ਨਹੀਂ। ਕਿਹੜਾ ਘੱਟ ਵਾਲਾ? ਹਾਂ ਕਿੰਨੇ ਡੱਬੇ ਰਹਿ ਗਏ ਗੱਡੀ 'ਚ ਹੁਣ? ਚਾਰ ਹੋਣਗੇ। ਦੋਸਤੋ ਬਾਈ ਮੈਂ 2 ਕੁ ਵਜੇ ਘਰੇ ਆ ਗਿਆ ਸੀਗਾ, ਅਤੇ ਘੰਟਾ ਡੇਢ ਘੰਟਾ ਬਾਈ ਰੈਸਟ ਕੀਤੀ, ਅਤੇ ਟਾਈਮ ਹੋ ਗਿਆ ਬਾਈ ਹੁਣ 4 ਵੱਜ ਗਏ, ਅਤੇ ਚੂਚੇ ਰਹਿ ਗਏ ਬਾਈ ਆਪਣੇ ਕੋਲ 100 ਕੁ ਪੀਸ ਰਹਿ ਗਏ ਆ। ਇਹ ਵੀ ਬੰਦੇ ਆ ਰਹੇ ਆ, ਵਾਧੇ ਘੰਟੇ ਤੱਕ ਬਾਈ ਇਹ ਵੀ ਲੈ ਜਾਣੇ ਆ, ਅਤੇ ਉਸ ਤੋਂ ਬਾਅਦ ਬਾਈ ਆਪਣੇ ਕੋਲ 8 ਚੂਚੇ ਸੀਗੇ ਐਕਸਟਰਾ, ਉਹ ਆਪਾਂ ਨੇ ਰੱਖ ਲਿਆ ਬਾਈ, ਇੱਥੇ ਹੀ ਰੱਖ ਲਏ। ਅੱਜ ਸਾਰੇ ਡਬਲ ਐਫ ਜੀ ਦੇ ਚੂਚੇ ਆਏ ਸੀਗੇ, ਅਤੇ ਇਹਨਾਂ ਨੂੰ ਵੀ ਬਾਈ ਪਹਿਲਾਂ ਨਾ ਹੁਣ ਮੈਂ ਚੂਚੇ ਚੁਕਾ ਦੇਵਾਂ,
ਉਸ ਤੋਂ ਬਾਅਦ ਫਿਰ ਇਹਨਾਂ ਨੂੰ ਛੱਡਦੇ ਦੂਜੇ ਪਾਸੇ। ਇਹ ਹੁਣ ਸਾਰੇ ਇੱਧਰ ਘੁੰਮਣ ਲੱਗ ਗਏ, ਨਾਲੇ ਹੁਣ ਸਟੋਰ ਦੀ ਬਾਈ ਸਫਾਈ ਹੋਣ ਵਾਲੀ ਹੋ ਗਈ, ਚੂਹੇ ਬਹੁਤ ਆ ਗਏ ਇੱਥੇ। ਅਤੇ ਬਾਕੀ ਆ ਚੂਚੇ ਵੀ ਦੇਖ ਲੈਂਦੇ ਹਾਂ ਨਿਕਲਿਆ ਕੋਈ ਕਿ ਨਹੀਂ, ਕਿਉਂਕਿ ਮੈਂ ਸੁਬਹਾ ਦਾ ਅੱਜ ਫਾਰਮ 'ਚ ਵੀ ਨਹੀਂ ਆਇਆ ਹੈਗਾ। ਕੋਈ ਨਹੀਂ ਨਿਕਲਿਆ ਹੈਗਾ ਬਈ, ਕੱਲ੍ਹ ਦਾ ਕੱਲ੍ਹ ਦੇ ਜਿਹੜੇ ਨਿਕਲੇ ਉਹੀ ਆ, ਅਤੇ ਇਹ ਬਸ ਤਿਆਰੀ ਆ ਸ਼ਾਇਦ ਇਹਨਾਂ ਦੀ ਨਿਕਲਣੇ ਦੀ, ਇਹ ਮੈਨੂੰ ਲੱਗ ਰਿਹਾ ਕਿ ਹੋ ਗਿਆ। ਇੱਕ ਇਹ ਹੋ ਗਿਆ, ਦੋ ਤਾਂ ਲੱਗ ਰਹੇ ਆ, ਬਾਕੀ ਦੀ ਕੋਈ ਨਹੀਂ ਸੰਭਾਵਨਾ ਹੈਗੀ ਨਿਕਲਣੇ ਦੀ। ਫਿਲਹਾਲ ਤਾਂ ਦੋ ਲੱਗੇ, ਨਹੀਂ ਹੋਰ ਕੋਈ ਨਹੀਂ ਹੈਗਾ, ਪੰਜ ਸੱਤ ਹੋਰ ਨਿਕਲ ਜਾਂਦੇ ਚੱਲ ਆਪਣੇ ਜੋਗੇ ਹੋ ਜਾਂਦੇ। ਇਹ ਤਾਂ ਜਿਹੜੇ ਹੁਣ ਨਿਕਲੇ ਆ 10 ਕੁ ਪੀਸ ਨਿਕਲੇ ਆ। ਅਤੇ ਇੱਧਰ ਬਾਈ ਮੈਂ ਸ਼ਾਮੀ ਕੱਲ੍ਹ ਆਂਡੇ ਜਿਹੜੇ ਦੇਖ ਕੇ ਕੱਢੇ ਸੀਗੇ ਬਿਲਕੁਲ ਪਲੇਨ ਸੀਗੇ, ਇਹਨਾਂ ਵਿੱਚ ਬੱਚਾ ਹੈ ਉਹ ਨਹੀਂ ਸੀਗਾ, ਮੈਂ ਇੱਥੇ ਕੱਢਦੇ ਸੀਗੇ ਅਤੇ ਇਹਨਾਂ ਨੂੰ ਵੀ ਹੁਣ ਸਿੱਟਦੇ ਹਾਂ। ਕੁਛ ਸਾਈਡ ਨਾ ਬਾਈ ਛਿਲਕਾ ਜ਼ਿਆਦਾ, ਉੱਧਰ ਵਾਲਾ ਛਿਲਕਾ ਨਾ ਫਿਰ ਆਪਾਂ ਚਲੋ ਵੀ ਬਤਕਾ ਭੱਜ ਗਿਆ ਜੀ ਇਹਨਾਂ ਕੋਲ। ਅਤੇ ਬਾਕੀ ਵੀ ਲਿਆਵਾਂ, ਬਾਲਟੀ ਵਿੱਚ ਚਲੇ ਉਠਾਉਂਦੇ, ਕ੍ਰੇਟ 'ਚ ਨਾ ਛਾਲਾਂ ਜੀ ਮਾਰ ਕੇ ਬਾਹਰ ਗਿਰੀ ਜਾਂਦੇ ਹਾਂ। ਚਲੋ ਬਾਲਟੀ 'ਚ ਛੱਡਦਾ ਇਹਨਾਂ ਨੂੰ, ਇੱਕ ਦੋ ਗੇੜਾ ਹੋਰ ਲੱਗਣਾ, ਇੱਧਰ ਪਾ ਦੇਣਾ ਇਹਨਾਂ ਬਰਾਬਰ ਜਿਹਾ ਹੋ ਜਾਣਾ। ਇਹਦੇ ਛਿਲਕਾ ਆਪਣੇ ਕੱਢਿਆ ਹੋਇਆ ਸੀਗਾ, ਫਿਰ ਉੱਧਰ ਹੁਣ ਐਂ ਬਰਸਾਤਾਂ ਕਰਕੇ ਨਾ ਛਿਲਕਾ ਜੰਮੀ ਜਾਂਦਾ, ਇਹ ਰੋਜ਼ ਮੈਨੂੰ ਫੁੱਲਣਾ ਪੈਂਦਾ ਇਹ, ਫਿਰ ਇਹ ਹਲਕਾ ਜਿਹਾ ਹੋ ਜਾਊਗਾ, ਅੱਧਾ ਆਪਾਂ ਨੇ ਉੱਧਰ ਛੱਡ ਦੇਣਾ ਅਤੇ ਸੈੱਟ ਹੋ ਜਾਊਗਾ ਕੰਮ। ਅਤੇ ਹੁਣ ਆਪਾਂ ਦੂਏ ਚੂਚੇ ਵੀ ਚੱਕ ਲਈਏ। ਚੱਲ ਲਓ ਜੀ ਬਾਈ ਸਾਰੇ ਆ ਗਏ, ਅਤੇ ਬੱਤਕਾਂ ਵੀ ਖੁਸ਼ ਹੋ ਗਈਆਂ ਹੁਣ। ਐਂ ਵੀਰੇ ਹੁਣ ਖੁੱਲ੍ਹੀ ਜਿਹੀ ਜਗ੍ਹਾ ਘੁੰਮੀ ਜਾਊਂਗੇ, ਅਤੇ ਹੁਣ ਆਪਾਂ ਇਹਨਾਂ ਦਾ ਬਾਈ ਪਾਣੀ ਪਾ ਦਿੰਦੇ ਹਾਂ, ਅਤੇ ਬਾਕੀ ਹੁਣ ਥੋੜ੍ਹੀ ਸਫਾਈ ਜਿਹੀ ਕਰਦੀ ਆ ਉਰੇ, ਡਰਿੰਕਰ ਡਰੁੰਕਰ ਜੇ ਪਏ ਹਾਂ ਚੱਕ ਦਿੰਦੇ ਹਾਂ। ਕਰਦੇ ਹਾਂ ਜੀ ਵੀਡੀਓ ਨੂੰ ਬੰਦ, ਅਤੇ ਕਮੈਂਟ ਕਰਕੇ ਬਾਈ ਜ਼ਰੂਰ ਦੱਸੋ ਵੀਡੀਓ ਕਿਵੇਂ ਲੱਗੀ ਜੀ, ਅਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।